ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਸ਼ੱਕ ਅੱਜ ਸਾਰੇ ਸੰਸਾਰ ਦੇ ਅੰਦਰ ਕਰੋਨਾ ਵਾਇਰਸ ਰੋਹੀ ਮਹਾਮਾਰੀ ਦੇ ਨਾਲ ਇੱਕ ਪੈ ਦਾ ਮਾਹੌਲ ਬਣਿਆ ਹੋਇਆ ਹੈ ਪਹਿਲਾਂ ਵੀ ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰ ਚੁੱਕੇ ਆ ਕਿ ਖਾਲਸਾ ਜਿਹੜਾ ਹੈ ਉਹ ਕਿਸੇ ਪੈਚ ਨਹੀਂ ਵਿਛਰਦਾ ਬੇ ਪ੍ਰਭਾ ਹੋ ਕੇ ਆਪਣੀ ਜ਼ਿੰਦਗੀ ਬਸਰ ਕਰਦਾ ਖਾਲਸੇ ਨੇ ਬੇ ਪ੍ਰਭਾਈ ਰਹਿਣਾ ਲਾਪਰਵਾਹੀ ਜਿਹੜੀ ਹੈ ਇਹ ਬਿਲਕੁਲ ਨਹੀਂ ਵਰਤਣੀ ਅਸੀਂ ਇਸ ਪੈਦੇ ਮਾਹੌਲ ਦੇ ਵਿੱਚ ਇਨਸਾਨੀਅਤ ਦਾ ਪੱਲਾ ਜਿਹੜਾ ਹੈ ਉਹ ਬਿਲਕੁਲ ਵੀ ਨਹੀਂ ਛੱਡਣਾ ਬੇਸ਼ੱਕ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਆਂ ਸਰੀਰਕ ਦੂਰੀ ਜਿਹੜੀ ਹੈ ਇੱਕ ਦੂਸਰੇ ਤੋਂ ਅਸੀਂ ਮਹਿਸੂਸ ਕਰ ਰਹੇ ਆਂ ਪਰ ਇਸ ਸਰੀਰਕ ਦੂਰੀ ਜਿਹੜੀ ਹੈ ਇਸ ਸਮਾਜਿਕ ਦੂਰੀ ਦੇ ਵਿੱਚ ਤਬਦੀਲ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਇਸ ਮਾਹੌਲ ਦੇ ਵਿੱਚ ਇਨਸਾਨੀਅਤ ਜੋ ਬਹੁਤ ਵੱਡਾ ਗੁਣ ਹੈ ਮਾਨਵਤਾ ਦਾ ਇਹ ਮਰਨੀ ਚਾਹੀਦੀ ਹੈ ਖਤਮ ਹੋਣੀ ਚਾਹੀਦੀ ਤਕਸ਼ਰੀ ਦਮਦਮਾ ਸਹੱਦ ਦੀ ਪਾਵਨ ਅਰਤੀ ਦੇ ਉੱਤੇ ਖਾਲਸਾ ਸਾਜਨਾ ਦੇ ਵਿਸਾਖੀ ਪੂਰੇ ਜਹਾਵ ਜਲਾਲ ਤੇ ਉਤਸ਼ਾਹ ਸਹਿਤ ਮਨਾਇਆ ਜਾਂਦਾ ਸੀ ਪਰ ਇਸ ਵਾਰ कोरोना ਦੀ ਇਸ ਦਹਿਸ਼ਤਕਾਰ ਨੂੰ ਵੱਡਾ ਇਕੱਠ ਸੰਭਵ ਨਹੀਂ ਹੈ ਤੇ ਅਸੀਂ ਇੱਕ ਖਾਲਸਾ ਸਾਜਨਾ ਦੇ ਵਿਸਥ ਨੂੰ ਸਮਰਪਿਤ ਛੋਟੀ ਜਿਹੀ ਕੋਸ਼ਿਸ਼ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਇੱਕ ਸਕੂਲ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਅਸੀਂ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਜਿਹੜੀ ਹੈ ਉਹ ਕਰਵਾਉਣ ਜਾ ਰਹੇ ਹਾਂ ਇਹਦੇ ਵਿੱਚ ਕਵਤਾ ਲਿਖਣ ਮੁਕਾਬਲਾ ਹੋਏਗਾ ਲੇਖ ਲਿਖਣ ਮੁਕਾਬਲਾ ਹੋਏਗਾ ਪੇਂਟਿੰਗ ਮੁਕਾਬਲਾ ਹੋਏਗਾ ਤੇ ਨਾਰੇ ਲਿਖਣ ਮੁਕਾਬਲਾ ਜਿਹੜਾ ਹੋਏਗਾ ਵਿਸਥਾਰ ਸਹਿਤ ਜਾਣਕਾਰੀ ਇਸ ਵੀਡੀਓ ਦੇ ਨਾਲ ਹੀ ਅਸੀਂ ਪਾ ਰਹੇ ਹਾਂ ਤੇ ਮੈਂ ਵਿਸ਼ਵ ਦੇ ਵਿੱਚ ਵਸਦੇ ਸਮੂਹ ਸਿੱਖ ਪਾਈ ਜਾ ਰਹੇ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਆਪਣੇ ਬੱਚਿਆਂ ਨੂੰ ਜਿਹੜੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਨੇ ਇਸ ਪ੍ਰਤੀਯੋਗਤਾ ਦੇ ਵਿੱਚ ਭਾਗ ਲੈਣ ਬਾਤ ਸੀ ਪ੍ਰੇਰਿਤ ਕਰੋ ਅੱچھے ਜਿਹੜੇ ਆ ਅਧਿਆਰਥੀ ਜਿਹੜੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਨੇ ਇਸ ਪ੍ਰਤੀਯੋਗਤਾ ਦੇ ਵਿੱਚ ਭਾਗ ਲੈਣਗੇ ਮਨ ਜਿਹੜਾ ਉਹਨਾਂ ਦਾ ਉਹ ਰੁਚੇਗਾ ਤੇ ਨਾਲ ਹੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੱਚੇ ਵਧੀਆ ਆਪਣੀ ਕਾਰਜਗਾਰੀ ਦਿਖਾਉਣਗੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਨਿਵਾਸਿਆ ਜਾਏਗਾ ਤੇ ਸਾਰੀ ਵਿਦਿਆਰਥੀਆਂ ਦੀ ਪ੍ਰਸੰਸਾ ਜਿਹੜੀ ਹੈ ਉਹ ਲਿਖਤੀ ਰੂਪ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਜਾਏਗੀ ਜਿਹੜੇ ਵਿਦਿਆਰਥੀ ਇਹਨਾਂ ਪ੍ਰਤੀਯੋਗਤਾਵਾਂ ਦੇ ਵਿੱਚ ਭਾਗ ਲੈਣਗੇ ਤੇ ਫਿਰ ਸਮੂਹ ਵਿਸ਼ਵ ਦੇ ਵਿੱਚ ਵਸਦੇ ਖਾਸ ਤੌਰ ਤੇ ਸਾਡੇ ਸਿੱਖ ਪਾਈਚਾਰੀ ਨੂੰ ਅਪੀਲ ਕਰਦਾ ਕਿ ਆਪਣੇ ਆਪਣੇ ਬੱਚਿਆਂ ਨੂੰ ਜਿਹੜੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਇਸ ਪ੍ਰਤੀਯੋਗਤਾ ਤੋਂ ਜਾਣੂ ਕਰਵਾਓ ਤੇ ਸ਼ਾਮਲ ਹੋਣ ਵਾਸਤੇ ਪ੍ਰੇਰਿਤ ਕਰੋ ਵਿਸਥਾਰ ਸਹਿਤ ਜਾਣਕਾਰੀ ਨਾਲ ਹੀ ਜਿਹੜਾ ਇੱਕ ਪੋਸਟਰ ਰੂਪ ਦੇ ਵਿੱਚ ਅਸੀਂ ਦੇ ਰਹੇ ਹਾਂ